ਕਿਉਂਕਿ ਪੰਜਾਬ ਦਾ ਵਿਰਸਾ ਤੇ ਸੱਭਿਆਚਾਰ ਬਹੁਤ ਹੀ ਅਮੀਰ ਤੇ ਉੱਚਾ ਹੈ ਤੇ ਕਿਤੇ ਨਾ ਕਿਤੇ ਜਿਹੜੀ ਅੱਜ ਦੀ ਸਾਡੀ ਜਨਰੇਸ਼ਨ ਹੈ ਉਹ ਧੀਰੇ ਧੀਰੇ ਇਸ ਸੱਭਿਆਚਾਰ ਨੂੰ ਇਸ ਵਿਰਸੇ ਨੂੰ ਭੁੱਲਦੀ ਜਾ ਰਹੀ ਹੈ ਤੇ ਇਸ ਜਿਹਦੀ ਜ਼ਿੰਮੇਵਾਰੀ ਜਿਹੜੇ ਭੁੱਲ ਰਹੇ ਆ ਇਹਦੀ ਜ਼ਿੰਮੇਵਾਰੀ ਸਾਡੇ ਕੰਧੇ ਉੱਪਰ ਹੈ ਕਿ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਕਿਸ ਤਰ੍ਹਾਂ ਆਪਣੇ ਵਿਰਸੇ ਦੇ ਨਾਲ ਜੋੜੀਏ ਅਤੇ ਉਹਨਾਂ ਨੂੰ ਆਪਣੇ ਸੱਭਿਆਚਾਰ ਦੇ ਬਾਰੇ ਦੱਸੀਏ ਜੈਸੇ ਜਿਸ ਤਰ੍ਹਾਂ ਕਿ ਧੀਆਂ ਦਾ ਤਿਉਹਾਰ ਧੀਆਂ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ ਹੈ ਜਦੋਂ ਪਿੰਡਾਂ ਵਿੱਚ ਪੁਰਾਣੀਆਂ ਮਤਲਬ ਕੁੜੀਆਂ ਜਦੋਂ ਨਵੀਆਂ ਵਿਆਹੀਆਂ ਜਾਂਦੀਆਂ ਸੀ ਤਾਂ ਉਹਨਾਂ ਦਾ ਪਹਿਲਾ ਜਿਹੜਾ ਤਿਉਹਾਰ ਹੁੰਦਾ ਸੀ ਸੌਣ ਦਾ ਮਹੀਨਾ ਜਿਹਦੇ ਵਿੱਚ ਉਹ ਆਪਣੇ ਪੇਕੇ ਰਹਿਣ ਆਉਂਦੀਆਂ ਸਨ ਅਤੇ ਬੜੇ ਚਾਵਾਂ ਨਾਲ ਕਿਉਂਕਿ ਸਹੁਰੇ ਘਰ ਉੱਨੀ ਖੁੱਲ੍ਹ ਨਹੀਂ ਮਿਲ ਪਾਉਂਦੀ ਜਿੰਨੀ ਕਿ ਉਹ ਆਪਣੇ ਪੇਕੇ ਘਰ ਆ ਕੇ ਮਹਿਸੂਸ ਕਰਦੀਆਂ ਹਨ ਅਤੇ ਫਿਰ ਉਹ ਸੌਣ ਮਹੀਨਾ ਕੱਟਣ ਆਉਂਦੀਆਂ ਅਤੇ ਆਪਣੇ ਪਿੰਡਾਂ ਵਿੱਚ ਝੂਲੇ ਲੈਂਦੀਆਂ ਹਨ ਨੱਚਦੀਆਂ ਖੇਡਦੀਆਂ ਗਿੱਧੇ ਪਾਉਂਦੀਆਂ ਹਨ ਜਿਹਦੇ ਨਾਲ ਕਿ ਜਿਹੜੇ ਬੱਚੇ ਉਹਨਾਂ ਵਿੱਚ ਇੱਕ ਮਤਲਬ ਆਜ਼ਾਦੀ ਦੀ ਰੂਹ ਉਤਪੰਨ ਹੁੰਦੀ ਹੈ ਅਤੇ ਸਾਨੂੰ ਵੀ ਜਿਹੜੇ ਇਹ ਤਿਉਹਾਰ ਹੈ ਆਹਿਸਤਾ ਆਹਿਸਤਾ ਜਿਹੜੇ ਲੁਪਤ ਹੁੰਦੇ ਜਾ ਰਹੇ ਆ ਅਤੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਇਹਨਾਂ ਤਿਉਹਾਰਾਂ ਨੂੰ ਬੱਚਿਆਂ ਨਾਲ ਰੂਬਰੂ ਕਰਾਈਏ ਆਪਣੇ ਸੱਭਿਆਚਾਰ ਨੂੰ ਵਧਾਈਏ ਅਤੇ ਉਹਨਾਂ ਨੂੰ ਇਹਨਾਂ ਬਾਰੇ ਦੱਸੀਏ ਕਿ ਉਹ ਇਸ ਚੀਜ਼ਾਂ ਨੂੰ ਭੁੱਲ ਨਾ ਜਾ ਸਕੇ ਅੱਜ ਬਹੁਤ ਹੀ ਖੁਸ਼ੀ ਕੀ ਬਾਤ ਹੈ ਕਿ ਉਮੀਦ ਚੈਰੀਟੇਬਲ ਫਾਊਂਡੇਸ਼ਨ ਕੀ ਔਰ ਸੇ ਬੜੇ ਧੂਮਧਾਮ ਬੜੇ ਉਤਸ਼ਾਹ ਸੇ ਤੀਜ ਕਾ ਪਰਵ ਮਨਾਇਆ ਜਾ ਰਿਹਾ ਹੈ ਕਿਉਂਕਿ ਇਹ ਜੋ ਪਰਵ ਹੈ ਇਹ ਪ੍ਰਕਿਰਤੀ ਕੇ ਸਾਥ ਜੁੜਾ ਹੁਆ ਹੈ ਧਰਤੀ ਕੀ ਸੌਂਧੀ ਮਿੱਟੀ ਕੀ ਸੌਂਧੀ ਗੰਧ ਕੇ ਸਾਥ ਜੁੜਾ ਹੁਆ ਹੈ ਉਤਸ਼ਾਹ ਕੇ ਸਾਥ ਜੁੜਾ ਹੈ ਰੀਤੀ ਰਿਵਾਜ ਕੇ ਸਾਥ ਜੁੜਾ ਹੁਆ ਹੈ ਔਰ ਜੈਸਾ ਇਸਕਾ ਨਾਮ ਹੈ ਕਿ ਇਹ ਤੀਜ ਕਾ ਤਿਉਹਾਰ ਹੈ ਔਰ ਪੰਜਾਬੀ ਮੇਂ ਇਸਕੋ ਕਹਤੇ ਹੈ ਤੀਆਂ ਦਾ ਤਿਉਹਾਰ ਤੋ ਇਹ ਤੀਆਂ ਕਾ ਤਿਉਹਾਰ ਮਤਲਬ ਕਿ ਤੀਜ ਵੀ ਹੈ ਔਰ ਸਾਥ ਮੇਂ ਬੇਟੀਓ ਕਾ ਤਿਉਹਾਰ ਹੈ ਮੁਟਿਆਰੋਂ ਕਾ ਤਿਉਹਾਰ ਹੈ ਅੱਜ ਉਨਕੇ ਸਜਨੇ ਸੰਵਰਨੇ ਕਾ ਦਿਨ ਹੈ ਔਰ ਕਿਹਾ ਜਾਂਦਾ ਹੈ ਕਿ ਅੱਜ ਕੇ ਦਿਨ ਸਾਵਨ ਮੇਂ ਜੋ ਵਿਵਾਹਿਤ ਮਹਿਲਾਏ ਹੈ ਉਹ ਆਪਣੇ ਮਾਇਕੇ ਮੇਂ ਆਤੀ ਹੈ ਔਰ ਆਪਣੀ ਬਚਪਨ ਕੀ ਸਹੇਲੀਓ ਕੇ ਸਾਥ ਮਿਲ ਕਰ ਵੋ ਇਸ ਤਿਉਹਾਰ ਕੋ ਮਨਾਤੀ ਹੈ ਝੂਲੇ ਡਾਲਤੀ ਹੈ ਪਕਵਾਨ ਖਾਤੀ ਹੈ ਖੇਲਤੀ ਹੈ ਨਾਚਤੀ ਹੈ ਗਾਤੀ ਹੈ ਤੋ ਅੱਜ ਉਮੀਦ ਚੈਰੀਟੇਬਲ ਫਾਊਂਡੇਸ਼ਨ ਨੇ ਵੀ ਯਹਾਂ ਐਸਾ ਹੀ ਮਾਹੌਲ ਬਣਾਇਆ ਹੁਆ ਹੈ ਹਰ ਇੱਕ ਜੋ ਹਮਾਰੀ ਬਹਿਨ ਹੈ ਬਹੁਤ ਸੁੰਦਰ ਬਣੀ ਹੈ ਔਰ ਸੱਚ ਮੇਂ ਪੰਜਾਬ ਕੀ ਮੁਟਿਆਰ ਲੱਗ ਰਹੀ ਹੈ ਮੈਂ ਅੱਜ ਕੇ ਇਸ ਤੀਆਂ ਕੇ ਤਿਉਹਾਰ ਕੀ ਇਨਕੋ ਬਹੁਤ ਬਹੁਤ ਸ਼ੁਭਕਾਮਨਾਏ ਦੇਤੀ ਹੂੰ ਹਰ ਵਰਸ਼ ਇਸੀ ਪ੍ਰਕਾਰ ਇਹ ਧੂਮਧਾਮ ਸੇ ਪੂਰੇ ਉਤਸ਼ਾਹ ਸੇ ਮਨਾਤੇ ਰਹੇ ਅਨੰਤ ਸ਼ੁਭਕਾਮਨਾਏ ਅੱਜ ਉਮੀਦ ਚੈਰੀਟੇਬਲ ਫਾਊਂਡੇਸ਼ਨ ਦੀ ਤਰਫੋਂ ਅੰਜਲੀ ਜੀ ਦੀ ਅਧਿਅਕਸ਼ਤਾ ਦੇ ਵਿੱਚ ਤੀਜ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜਿਹਦੇ ਵਿੱਚ ਵੱਧ ਚੜ੍ਹ ਕੇ ਸਾਰੀਆਂ ਮੁਟਿਆਰਿਆਂ ਨੇ ਭਾਗ ਲਿਆ ਔਰ ਉਹਨਾਂ ਨੇ ਗਿੱਧਾ ਕੀਤਾ ਔਰ ਗੀਤ ਲੋਕ ਗੀਤ ਗਾ ਕੇ ਇਸ ਤੀਜ ਦੇ ਤਿਉਹਾਰ ਨੂੰ ਮਨਾਇਆ ਔਰ ਅੱਜ ਅਸੀਂ ਵੀ ਇੱਥੇ ਅੱਜ ਆਏ ਹਾਂ ਔਰ ਸਾਨੂੰ ਦੇਖ ਕੇ ਬਹੁਤ ਅੱਛਾ ਲੱਗਿਆ ਕਿ ਅੰਜਲੀ ਜੀ ਨੇ ਬੜੀ ਅੱਛੀ ਤਰ੍ਹਾਂ ਦੀ ਇੱਥੇ ਤਿਆਰੀ ਕਰਵਾਈ ਹੋਈ ਸੀ ਔਰ ਅਸੀਂ ਆ ਕੇ ਇੱਥੇ ਬਹੁਤ ਜ਼ਿਆਦਾ ਇੰਜੋਏ ਕੀਤਾ।